ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਤਿੰਦਰਪਾਲ ਸਿੰਘ ਐਸਟ ਆਫ ਜੋਇਸਿਸ ਪ੍ਰਾਈਵੇਟ ਲਿਮਿਟਡ ਤੋਂ। ਮੇਰੇ ਨਾਲ ਨੇ ਹਰਪ੍ਰੀਤ ਸਿੰਘ ਜੀ ਧਨੋਆ, ਇਹਨਾਂ ਦਾ ਕੈਨੇਡਾ ਇਮੀਗ੍ਰੇਸ਼ਨ ਵੀਜ਼ਾ ਆ ਐਕਸਪ੍ਰੈਸ ਕੈਟਾਗਰੀ ਦੇ ਵਿੱਚ, ਅਤੇ ਧਨੋਆ ਸਾਹਿਬ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ। ਥੈਂਕ ਯੂ ਸਰ। ਅਤੇ ਸਾਡੇ ਵਿਊਜ਼ ਦੇਖ ਰਹੇ ਆ, ਅਤੇ ਮੈਂ ਪੁੱਛਣਾ ਚਾਹੁੰਦਾ ਜੀ ਤੁਹਾਨੂੰ ਕਿਸ ਤਰੀਕੇ ਦੀ ਸਰਵਿਸ ਲੱਗੀ ਅਤੇ ਆਪਣੇ ਐਕਸਪੀਰੀਅੰਸਿਸ ਬਾਰੇ ਦੱਸੋ ਕਾਈਂਡਲੀ ਪਲੀਜ਼। ਸਰ, ਪਹਿਲਾਂ ਮੈਂ ਕਾਫੀ ਜਗ੍ਹਾ ਟਰਾਈ ਕੀਤਾ ਅਤੇ ਕਿਸੇ ਨੇ ਮਤਲਬ ਸਹੀ ਗਾਈਡੈਂਸ ਨਹੀਂ ਮੈਨੂੰ ਪ੍ਰੋਪਰ ਮਿਲ ਪਾ ਰਹੀ ਸੀ। ਫਿਰ ਕਿਤੋਂ ਮੈਨੂੰ ਰੈਫਰੈਂਸ ਮਿਲੀ ਕਿ ਐਸ ਡਬਲਿਊ ਆਈ ਸੀ ਐਸ ਇੱਕ ਵਾਰ ਤੁਸੀਂ ਟਰਾਈ ਕਰੋ, ਅਤੇ ਮੈਂ ਇੱਥੇ ਆਇਆ, ਚੰਦਨ ਸਰ ਨੂੰ ਮਿਲਿਆ, ਉਹਨਾਂ ਨਾਲ ਬੈਠ ਕੇ ਕੇਸ ਡਿਸਕਸ ਕੀਤਾ। ਉਹਨਾਂ ਨੇ ਕਿਹਾ ਤੁਹਾਡਾ ਕੇਸ ਸਟਰੋਂਗ ਹੈ, ਅਤੇ ਉਸ ਅਕੋਰਡਿੰਗ ਫਿਰ ਅੱਗੇ ਮੈਂ ਆਪਣੇ ਡਾਕੂਮੈਂਟਸ ਵਗੈਰਾ ਸਾਰੇ ਲੈ ਕੇ ਉਹਨਾਂ ਕੋਲ ਪਹੁੰਚਿਆ, ਅਤੇ ਸਾਰਾ ਉਹਨਾਂ ਨੇ ਟਾਈਮ ਟੂ ਟਾਈਮ ਮੈਨੂੰ ਪ੍ਰੋਪਰ ਗਾਈਡ ਕੀਤਾ, ਅਤੇ ਅੱਜ ਰਿਜ਼ਲਟ ਆਪਣੇ ਸਾਹਮਣੇ ਹੈ ਜੀ। ਆ ਧਨੋਆ ਸਾਹਿਬ, ਲੋਕਾਂ ਨਾਲ ਬੜੀ ਐਪਰੀਹੈਂਸ਼ਨ ਹੁੰਦੀ ਹੈ, ਲਵੀ ਕੈਨੇਡਾ ਦੇ ਪੀ ਆਰ ਲੈਣ ਲਈ ਬਹੁਤ ਪੈਸੇ ਲੱਗਦੇ ਆ, ਹੈ ਨਾ, ਚਲੋ ਸਟੱਡੀ ਵੀਜ਼ਾ 'ਤੇ ਚਲੇ ਜਾਈਏ। ਉਹਦੇ ਬਾਰੇ ਮੈਂ ਸਗੋਂ ਦੱਸਣਾ ਚਾਹੁੰਦਾ ਹੈ ਕਿ ਪੀ ਆਰ ਦਾ ਕੇਸ ਜਿਹੜਾ ਉਹ ਇਨਫੈਕਟ ਸਟੱਡੀ ਵੀਜ਼ਾ ਦੇ ਕੇਸਿਸ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਲੱਗ ਰਿਹਾ ਜੀ, 4-5-6 ਮਹੀਨੇ। ਇਸ 'ਚ ਮੈਂ ਐਡ ਕਰਨਾ ਚਾਹੂੰਗਾ ਜੀ ਕਿ ਜਿਹੜੇ ਏਜੰਟਸ ਨੇ ਉਹ ਜ਼ਿਆਦਾਤਰ ਲੋਕਾਂ ਨੂੰ ਮਿਸਗਾਈਡ ਕਰ ਰਹੇ ਨੇ। ਜ਼ਿਆਦਾਤਰ ਆਪਣੇ ਹੁਣ ਨਿਊਜ਼ ਆਰਟੀਕਲ ਵੀ ਮੈਂ ਪੜ੍ਹਿਆ ਸੀ ਕਿ ਕਾਫੀ ਏਜੰਟ ਜਿਹੜੇ ਹੈਗੇ ਨੇ ਅਨਰਜਿਸਟਰਡ ਚੱਲ ਰਹੇ ਨੇ ਆਪਣੇ ਇੱਥੇ। ਇੱਥੇ ਮੈਨੂੰ ਇੱਕ ਆਉਣ ਦਾ ਮੇਨ ਰੀਜ਼ਨ ਜੋ ਸੀਗਾ ਕਿ ਇਹ ਪੰਜਾਬ ਗਵਰਨਮੈਂਟ ਨਾਲ ਰਜਿਸਟਰਡ ਏਜੰਟ ਨੇ, ਅਤੇ ਕੋਈ ਇਹਨਾਂ ਨੇ ਕੋਈ ਮੈਨੂੰ ਗਲਤ ਗਾਈਡ ਨਹੀਂ ਕੀਤਾ। ਜੋ ਹੈਗਾ ਪ੍ਰੋਪਰ ਰੀਜ਼ਨੇਬਲ ਫੀਸ ਜੋ ਇਹਨਾਂ ਨੇ ਕਹੀ ਸੀ ਉਹੀ ਖਰਚਾ ਸੀ। ਕੋਈ ਮੇਰੀ ਡਾਕੂਮੈਂਟ ਅਸੈਸਮੈਂਟ ਕਰਾਉਣ ਦਾ ਜਾਂ ਕੋਈ ਵੀ ਜੋ ਵੀ ਇਹਨਾਂ ਨੇ ਮੇਰੀ ਹੈਲਪ ਕੀਤੀ, ਕੋਈ ਐਕਸਟਰਾ ਚਾਰਜਿਸ ਨਹੀਂ, ਕਿ ਜਿੱਦਾਂ ਉਹ ਇਨਡਾਇਰੈਕਟ ਵੇ 'ਚ ਬਹੁਤ ਐਕਸਟਰਾ ਕਰਦੇ ਨੇ। ਮੈਂ ਬੜੀ ਅੱਛੀ ਗੱਲ ਸਮਝਦਾ ਤੁਹਾਡੇ ਨਾਲ, ਅਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਫ਼ਰ ਹੈ ਕੈਨੇਡਾ ਦਾ ਉਹ ਬਹੁਤ ਸਕਸੈਸਫੁਲ ਹੋਵੇ। ਥੈਂਕ ਯੂ ਸਰ। ਅਤੇ ਆਪਣੇ ਪੇਰੈਂਟਸ ਦਾ ਵੀ ਨਾਮ ਰੋਸ਼ਨ ਕਰੋ ਜੀ। ਸਰ, ਵਿਸ਼ ਯੂ ਬੈਸਟ ਆਫ ਲੱਕ। ਥੈਂਕ ਯੂ। ਗੋਡ ਬਲੈਸ ਯੂ।